हेलो एवरीबॉडी आई रजेंद्र कुमार माय कोलीग मिस्टर रमन कंबोज नमस्कार मिस्टर कपिल मोहन सूद फ्रॉम एजुकेशन डिपार्टमेंट चंडीगढ़ वी आर हियर टू शेयर द कांसेप्ट ऑफ एंगल सम प्रॉपर्टी ऑफ ए ट्रायंगल दैट इज द सम ऑफ इंटीरियर एंगल्स ऑफ ए ट्रायंगल इज 180 डिग्री वी वांट टू शेयर दिस आइडिया इन पंजाबी जिवें कि अस्सी जानदे हां कि त्रिभुज दे सारे कोना दा जोड़ 180 डिग्री ਹੁੰਦਾ ਹੈ ਇਸ ਥਤ ਨੂੰ ਕਈ ਤਰੀਕੇ ਨਾਲ ਸਾਬਿਤ ਕੀਤਾ ਜਾ ਚੁੱਕਿਆ ਹੈ। ਮੇਰੇ ਸਾਥੀ ਰਮਨ ਕੰਬੋਜੀ ਤੁਹਾਨੂੰ ਇਸ ਥਤ ਨੂੰ ਕਾਗਜ਼ ਕੱਟਣ ਦੀ ਵਿਧੀ ਨਾਲ ਸਾਬਿਤ ਕਰਕੇ ਦਿਖਾਉਣਗੇ। ਇਹ ਸਾਡੇ ਕੋਲ ਇੱਕ ਤ੍ਰਿਭੁਜ ਦੀ ਆਕ੍ਰਿਤੀ ਹੈ। ਇਹਦੇ ਉੱਪਰ ਅਸੀਂ ਤਿੰਨ ਕੋਣ ਕੋਣ 1, ਕੋਣ 2 ਤੇ ਕੋਣ 3 ਜੋ ਕਿ ਅੰਦਰੂਨੀ ਕੋਣ ਹਨ ਇਸ ਤ੍ਰਿਭੁਜ ਦੇ। ਇਹ ਅਸੀਂ ਉੱਪਰ ਮਾਰਕ ਕੀਤੇ ਹੋਏ ਹਨ ਤੇ ਇਹਨਾਂ ਤਿੰਨਾਂ ਕੋਣਾਂ ਨੂੰ ਅਸੀਂ ਕੱਟ ਕੇ ਇੱਕ ਬਿੰਦੂ ਅਸੀਂ ਬਣਾ ਲੈਨੇ ਹਾਂ ਤੇ ਇਹਦੇ ਉੱਪਰ ਆਪਾਂ ਕੱਟ ਕੇ ਵਾਰੀ-ਵਾਰੀ ਉਹਨਾਂ ਨੂੰ ਪੇਸਟ ਕਰਕੇ ਤੇ ਦੇਖਾਂਗੇ ਕਿ ਕੀ ਹੁੰਦਾ ਹੈ ਇਹ ਕੋਣ 1 ਅਸੀਂ ਇਸ ਬਿੰਦੂ ਦੇ ਉੱਪਰ ਰੱਖਿਆ ਹੈ ਇਹ ਕੋਣ 2 ਔਰ ਇਹ ਕੋਣ 10 ਅਸੀਂ ਦੇਖ ਰਹੇ ਹਾਂ ਕਿ ਇਹ ਤਿੰਨੋਂ ਕੋਣ ਇੱਕ ਸਿੱਧੀ ਰੇਖਾ ਦੇ ਉੱਪਰ ਕੋਣ 1 ਕੋਣ 2 ਔਰ ਕੋਣ 3 ਸਿੱਧੀ ਰੇਖਾ ਦੇ ਉੱਪਰ ਆ ਗਏ ਹਨ ਤਾਂ ਜਿਸ ਦਾ ਮਤਲਬ ਹੈ ਕਿ ਇਹ ਤਿੰਨੋਂ ਕੋਣਾਂ ਦਾ ਜੋੜ 180 ਡਿਗਰੀ ਬਣ ਗਿਆ ਹੈ ਇਸ ਤੱਥ ਨੂੰ ਸਾਬਤ ਕਰਨ ਦੀ ਦੂਸਰੀ ਵਿਧੀ ਹੈ ਕਾਗਜ਼ 모ੜਨ ਦੀ ਵਿਧੀ ਇਸ ਵਿਧੀ ਵਿੱਚ ਰਮਨ ਜੀ ਤੁਹਾਨੂੰ ਦੱਸਣਗੇ ਕਿ ਇਸ ਤਰ੍ਹਾਂ ਕਾਗਜ਼ ਦੇ ਤਿੰਨ ਟ੍ਰਾਇੰਗਲ ਦੇ ਤਿੰਨ ਕੋਣਾਂ ਨੂੰ ਘਟ ਮੋੜ ਕੇ ਅਸੀਂ ਇੱਕ ਬਿੰਦੂ ਤੇ ਇਸ ਤਰ੍ਹਾਂ ਸੈੱਟ ਕੀਤਾ ਜਾ ਸਕਦਾ ਹੈ ਕਿ ਉਹਨਾਂ ਦੇ ਤਿੰਨਾਂ ਕੋਣਾਂ ਦਾ ਜੋੜ 180 ਡਿਗਰੀ ਬਣ ਜਾਵੇ। ਉਸੇ ਤਰ੍ਹਾਂ ਸਾਡੇ ਕੋਲ ਇੱਕ ਤ੍ਰਿਭੁਜ ਹੈ। ਇਹਦਾ ਕੋਣ ਅੰਦਰੂਨੀ ਕੋਣ ਇੱਕ ਜਿੰਦਾ ਨਾਮ ਰੱਖਿਆ ਹੋਇਆ ਹੈ ਸੀ ਕੋਣ 2 ਔਰ ਕੋਣ 3। ਹੁਣ ਅਸੀਂ ਇਹਨਾਂ ਨੂੰ ਮੋੜ ਕੇ ਦੇਖਦੇ ਹਾਂ ਔਰ ਤ੍ਰਿਭੁਜ ਦੇ ਅੰਦਰ ਕੋਣ 1 ਕੋਣ 2 ਔਰ ਇਹ ਕੋਣ 3 ਬਿਲਕੁਲ ਉਸੇ ਤਰ੍ਹਾਂ ਇਹ ਤਿੰਨੋਂ ਕੋਣ ਇੱਕ ਸਿੱਧੀ ਰੇਖਾ ਦੇ ਉੱਪਰ ਆ ਗਏ ਹਨ ਤੇ ਅਸੀਂ ਕਹਿ ਸਕਦੇ ਹਾਂ ਕਿ ਕੋਣ 1 ਜਮਾ ਕੋਣ 2 ਔਰ ਕੋਣ 3 ਤਿੰਨਾਂ ਦਾ ਜੋੜ 180 ਡਿਗਰੀ ਹੁੰਦਾ ਹੈ ਅੱਜ ਅਸੀਂ ਤ੍ਰਿਭੁਜ ਦੇ ਤਿੰਨ ਅੰਦਰੂਨੀ ਕੋਣਾਂ ਦਾ ਜੋੜ ਪੈਨਸਿਲ ਕਮਾਉਂਡ ਦੀ ਇੱਕ ਰੋਚਕ ਵਿਧੀ ਨਾਲ ਕਰਾਂਗੇ ਸਭ ਤੋਂ ਪਹਿਲਾਂ ਅਸੀਂ ਜਾਣਦੇ ਹਾਂ ਕਿ ਇੱਕ ਸਿੱਧੀ ਰੇਖਾ ਤੇ ਬਣਿਆ ਕੋਣ 180 ਡਿਗਰੀ ਦਾ ਹੁੰਦਾ ਹੈ ਸਭ ਤੋਂ ਪਹਿਲਾਂ ਅਸੀਂ ਜਾਣਦੇ ਹਾਂ ਇੱਕ ਰੇਖਾ ਤੇ ਬਣਿਆ ਕੋਣ 180 ਡਿਗਰੀ ਦਾ ਹੁੰਦਾ ਹੈ ਅਸੀਂ ਜੇਕਰ ਅਸੀਂ ਇੱਕ ਪੈਨਸਲ ਲਈਏ ਤੇ ਅਸੀਂ ਇਸ ਨੂੰ ਇੱਕ ਰੇਖਾ AB ਉੱਤੇ ਰੱਖੀਏ ਪੈਨਸਲ ਦਾ ਸਥਿਰ ਮੱਧ ਵਿੱਚੋਂ ਸਥਿਰ ਕਰਕੇ ਅਗਰ ਅਸੀਂ B ਤੋਂ A ਤੱਕ ਪੈਨਸਲ ਨੂੰ ਘੁਮਾਈਏ ਤਾਂ ਤਾਂ ਇਹ 180 ਡਿਗਰੀ ਦਾ ਐਂਗਲ ਬਣਾਉਂਦੀ ਹੈ ਇਸ ਤੱਥ ਦੀ ਵਰਤੋਂ ਨਾਲ ਅਸੀਂ ਅੱਜ ਦੀ ਕਿਰਿਆ ਪੂਰੀ ਕਰਾਂਗੇ ਇੱਕ ਤ੍ਰਿਭੁਜ ABC ਲਵੋ ਇਸ ਵਿੱਚ ਤਿੰਨ ਅੰਦਰੂਨੀ ਕੋਣ ਇਸ ਤ੍ਰਿਭੁਜ ਵਿੱਚ ਤਿੰਨ ਅੰਦਰੂਨੀ ਕੋਣ ਹਨ ਜਿਨ੍ਹਾਂ ਨੂੰ ਅਸੀਂ ਕੋਣ 1 ਕੋਣ 2 ਤੇ ਕੋਣ 3 ਕਹਿ ਕੇ ਚਿੱਤਰ ਅਨੁਸਾਰ AC ਉੱਤੇ ਇੱਕ ਪੈਨਸਲ ਰੱਖੋ ਏ ਉੱਤੇ ਪੈਨਸਿਲ ਦਾ ਸਿਰਾ ਸਥਿਰ ਕਰਕੇ ਸੀ ਤੋਂ ਬੀ ਤੱਕ ਪੈਨਸਿਲ ਘੁਮਾਓ ਪੈਨਸਿਲ ਨੇ ਕੋਣ ਇੱਕ ਮਾਪ ਲਿਆ ਹੈ ਹੁਣ ਬੀ ਬਿੰਦੂ ਉੱਤੇ ਪੈਨਸਿਲ ਦਾ ਸਿਰਾ ਸਥਿਰ ਕਰਕੇ ਏ ਤੋਂ ਸੀ ਤੱਕ ਪੈਨਸਿਲ ਘੁਮਾਈਏ ਪੈਨਸਿਲ ਨੇ ਇੱਕ ਤੋਂ ਬਾਅਦ ਦੋ ਕੋਣ ਮਾਪ ਲਿਆ ਹੈ ਹੁਣ ਸੀ ਉੱਤੇ ਸਥਿਰਾ ਸਿਰ ਕਰਕੇ ਬੀ ਤੋਂ ਏ ਤੱਕ ਘੁਮਾਈਏ ਤਾਂ ਪੈਨਸਲ ਨੇ ਤਿੰਨ ਕੋਣ ਵੀ ਮਾਪ ਦਿੱਤਾ ਹੈ ਇਸ ਤਰ੍ਹਾਂ ਪੈਨਸਲ ਨੇ ਪਹਿਲਾਂ ਇੱਕ ਕੋਣ ਮਾਪਿਆ ਤੇ ਫਿਰ ਦੋ ਕੋਣ ਮਾਪਿਆ ਤੇ ਅਖੀਰ ਵਿੱਚ ਤਿੰਨ ਕੋਣ ਮਾਪਿਆ ਜੇਕਰ ਅਸੀਂ ਸਾਰੀ ਕਿਰਿਆ ਨੂੰ ਧਿਆਨ ਨਾਲ ਦੇਖੀਏ ਤਾਂ ਪੈਨਸਲ ਨੇ ਸਾਰੀ ਕਿਰਿਆ ਵਿੱਚ 180 ਡਿਗਰੀ ਦਾ ਕੋਣ ਮਾਪਿਆ ਜਿਵੇਂ ਕਿ ਪਹਿਲਾਂ ਸ਼ੁਰੂ ਵਿੱਚ ਪੈਨਸਲ AC ਉੱਤੇ ਸੀ ਅਤੇ ਤਿੰਨ ਕੋਣ ਮਾਪਣ ਤੋਂ ਬਾਅਦ ਪੈਨਸਲ CA ਉੱਤੇ ਪਹੁੰਚ ਗਈ ਜੇਕਰ ਅਸੀਂ ਸਾਰੀ ਕਿਰਿਆ ਨੂੰ ਧਿਆਨ ਨਾਲ ਦੇਖੀਏ ਤਾਂ ਪੈਨਸਲ ਪਹਿਲਾਂ AC ਉੱਤੇ ਸੀ ਅਤੇ ਤਿੰਨ ਕੋਣ ਮਾਪਣ ਤੋਂ ਬਾਅਦ ਪੈਨਸਲ CA ਉੱਤੇ ਪਹੁੰਚ ਗਈ ਇਸ ਤਰ੍ਹਾਂ ਅਸੀਂ ਸਭ ਤੋਂ ਪਹਿਲਾਂ ਦੱਸਿਆ ਸੀ ਕਿ ਇੱਕ ਸਿੱਧੀ ਲਾਈਨ ਤੇ ਪੈਨਸਲ ਸਰਲ ਕੋਣ ਬਣਾਉਂਦੀ ਹੈ ਤੇ ਇਸ ਸਾਰੀ ਕਿਰਿਆ ਵਿੱਚ ਪੈਨਸਲ ਨੇ ਕੋਣ 1 ਜਮਾ ਕੋਣ 2 ਜਮਾ ਕੋਣ 3 180 ਡਿਗਰੀ ਦਾ ਕੋਣ ਬਣਾ ਕੇ ਤ੍ਰਿਪੂਜ ਦੇ ਸਾਰੇ ਅੰਦਰੂਨੀ ਕੋਣਾਂ ਦਾ ਜੋੜ 180 ਡਿਗਰੀ ਸਿੱਧ ਕਰ ਦਿੰਦਾ ਹੈ। ਮੇਰੇ ਸਾਥੀ ਕਪਿਲ ਮੋਹਨ ਸੂਤ ਇਸ ਤਾਥਰੋ ਆਈਸੀਟੀ ਐਨੀਮੇਸ਼ਨ ਦੇ ਨਾਲ ਸਿੱਧ ਕਰਨਗੇ। ਇੱਕ ਤ੍ਰਿਭੁਜ ABC ਵਿੱਚ ਅਸੀਂ ਪੈਨਸਲ ਦਾ ਸਿਰਾ ਏ ਤੇ ਸਥਿਰ ਰੱਖ ਕੇ ਦੂਜੇ ਸਿਰੇ ਨੂੰ ਸੀ ਤੋਂ ਬੀ ਵੱਲ ਘੁਮਾਇਆ ਇਸ ਤਰੀਕੇ ਨਾਲ ਸਾਡੇ ਕੋਲ ਕੋਣ 1 ਆਇਆ ਉਸ ਤੋਂ ਬਾਅਦ ਅਸੀਂ ਪੈਨਸਿਲ ਦਾ ਸਿਰਾ ਬੀ ਤੇ ਸਥਿਰ ਰੱਖ ਕੇ ਏ ਤੋਂ ਦੂਜੇ ਸਿਰੇ ਨੂੰ ਏ ਤੋਂ ਸੀ ਵੱਲ ਘੁਮਾਇਆ ਇਸ ਤਰੀਕੇ ਨਾਲ ਅਸੀਂ ਤ੍ਰਿਭੁਜ ਦਾ ਦੂਸਰਾ ਕੋਣ ਕੋਣ 2 ਮਾਪਿਆ ਇਸ ਤੋਂ ਬਾਅਦ ਪੈਨਸਿਲ ਦਾ ਸਿਰਾ ਸੀ ਉੱਤੇ ਸਥਿਰ ਰੱਖ ਕੇ ਦੂਜੇ ਸਿਰੇ ਨੂੰ ਬੀ ਤੋਂ ਏ ਵੱਲ ਘੁਮਾਇਆ ਇਸ ਤਰੀਕੇ ਨਾਲ ਸਾਡੇ ਕੋਲ ਕੋਣ 3 ਆ ਗਿਆ ਇਸ ਤਰੀਕੇ ਨਾਲ ਅਸੀਂ ਪੈਨਸਿਲ ਦੇ ਤਿੰਨੋਂ ਕੋਣਾਂ ਨੂੰ ਮਾਪਿਆ ਤੇ ਅਸੀਂ ਇਹ ਵੇਖਿਆ ਤ੍ਰਿਭੁਜ ਦੇ ਤਿੰਨੋਂ ਕੋਣਾਂ ਨੂੰ ਮਾਪਣ ਤੋਂ ਬਾਅਦ ਪੈਨਸਿਲ ਦਾ ਸਿਰਾ ਜੋ B ਵੱਲ ਸੀ ਉਹ ਕੁੱਮ ਕੇ A ਵੱਲ ਹੋ ਗਿਆ ਤੇ ਇਸ ਤਰੀਕੇ ਨਾਲ ਅਸੀਂ ਵੇਖਦੇ ਹਾਂ ਜੇ ਇੱਕ ਤ੍ਰਿਭੁਜ ਦੇ ਤਿੰਨੋਂ ਕੋਣਾਂ ਦਾ ਜੋੜ ਕੀਤਾ ਜਾਏ ਤਾਂ ਉਹ 180 ਡਿਗਰੀ ਯਾਨੀ ਕਿ ਸਰਲ ਕੋਣ ਬਣਦਾ ਹੈ